ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੁਣ ਰਹੇ ਤੁਸੀਂ ਕੁਲਜੀਤ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ 30239 ਨਾਮਾ ਕੇਸ 32 ਮਰੀਜ਼ਾਂ ਦੀ ਮੌਤ 29684 ਮਰੀਜ਼ ਠੀਕ 175985 ਟੈਸਟ ਤਾਸੁਦੀ ਪੋਜ਼ਿਟਿਵਤਾ 17.18 ਇਟਲੀ ਦੇ ਵਿੱਚ ਸਭ ਤੋਂ ਵੱਧ ਪੁੱਛਣ ਵਾਲਾ ਸਾਡੀਆਂ ਕਮੈਂਟਾਂ ਦੇ ਵਿੱਚ ਸਵਾਲ ਇਟਲੀ ਦੇ ਵਿੱਚ ਨਵੀਂ ਇਮੀਗ੍ਰੇਸ਼ਨ ਕਦੋਂ ਖੁੱਲ੍ਹਣੀ ਹੈ ਇਟਲੀ ਦੀ ਜਿਹੜੀ ਨਵੀਂ ਸਰਕਾਰ ਆ ਬਾਗਡੋਰ ਸੰਭਾਲਣ ਵਾਲੀ ਆ 2-4 ਦਿਨਾਂ ਦੇ ਵਿੱਚ ਇਹਨਾਂ ਦੇ ਹੱਥ ਸਭ ਕੁਝ ਆ ਜਾਣਾ ਤੇ ਉਸ ਤੋਂ ਬਾਅਦ ਕਿਸੇ ਵੀ ਵਿੱਲੇ ਇਹ ਪੇਪਰ ਖੋਲ ਸਕਦੇ ਆ ਜਾਂ ਫਿਰ ਇਹ ਕਹਿ ਸਕਦੇ ਆ ਕਿ ਤੁਸੀਂ ਕੱਲ ਤੋਂ ਹੀ ਪੇਪਰ ਖੋਲ ਭਰਨੇ ਸ਼ੁਰੂ ਕਰ ਦਿਓ ਨਾਰਮਲੀ ਜਿਹੜੇ ਪੇਪਰ ਜਦੋਂ ਖੋਲਦੇ ਨੇ ਸਾਨੂੰ ਘੱਟੋ ਘੱਟ ਹਫ਼ਤਾ 10 ਦਿਨ ਪਹਿਲਾਂ ਪਤਾ ਲੱਗ ਜਾਂਦਾ ਉਹ ਇਸ ਕਰਕੇ ਕਿਉਂਕਿ ਟਾਈਮ ਦਿੱਤਾ ਜਾਂਦਾ ਵੀ ਐਨੇ ਦਿਨਾਂ ਦੇ ਵਿੱਚ ਵਿੱਚ ਤੁਸੀਂ ਆਪਣੇ ਡਾਕੂਮੈਂਟ ਸਾਰੇ ਤਿਆਰ ਰੱਖੋ ਜਿਸ ਤਰ੍ਹਾਂ ਕਿ ਇਹ ਤੁਹਾਨੂੰ ਕਾਫੀ ਟਾਈਮ ਤੋਂ ਆਪਣੀਆਂ ਖਬਰਾਂ ਦੇ ਵਿੱਚ ਦੱਸਦੇ ਆ ਰਹੇ ਹਾਂ ਕਿ 10ਵੇਂ ਮਹੀਨੇ ਦੇ ਸੈਕੰਡ ਹਾਫ ਦੇ ਵਿੱਚ 10ਵੇਂ ਮਹੀਨੇ ਦੀ 15-20 ਤਰੀਕ ਤੋਂ ਬਾਅਦ ਜਾਂ ਫਿਰ ਨਵੰਬਰ ਦੇ ਬਹਿਲੇ ਹਫਤੇ ਦੇ ਵਿੱਚ ਪੇਪਰ ਖੁੱਲਣ ਦੇ ਪੂਰੇ ਚਾਂਸ ਆ ਇਹ ਸਾਨੂੰ ਅਸੀਂ ਉਸ ਟਾਈਮ ਤੋਂ ਦੱਸਦੇ ਆ ਰਹੇ ਹਾਂ ਜਿਸ ਟਾਈਮ ਸਰਕਾਰ ਮਾਰੀਓ ਦਰਾਗੀ ਦੀ ਸੀ ਫਿਲਹਾਲ ਜਿਹੜੀ ਸਰਕਾਰ ਡਿਗਣ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਚਾਂਸ ਨਹੀਂ ਸੀ ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ ਅਗਲਾ ਅਪਡੇਟ ਉਹ ਦਿਨ ਤੋਂ ਆ ਰਹੇ ਉਹ ਦਿਨ ਹੀ ਦੇਵੇਚ ਇੱਕ ਟ੍ਰੇਨ ਨੇ ਜਿਹੜਾ ਰੇਲਵੇ ਕ੍ਰੋਸਿੰਗ ਤੇ ਖੜੀ ਗੱਡੀ ਆ ਉਸ ਨੂੰ ਥੱਲੇ ਦੇ ਦਿੱਤਾ ਥੱਲੇ ਦੇਣ ਦੇ ਨਾਲ 10 ਮੀਟਰ ਤੱਕ ਉਸ ਗੱਡੀ ਨੂੰ ਘੁੜੀਸਿਆ ਜਿੰਨਾ ਟਾਈਮ ਉਸ ਟ੍ਰੇਨ ਨੂੰ ਰੁਕਾਉਣ ਨੂੰ ਲੱਗਾ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਜਾਨ ਦਾ ਨੁਕਸਾਨ ਨਹੀਂ ਹੋਇਆ ਅਤੇ ਉਸ ਤੋਂ ਬਾਅਦ ਅਗਲੇ ਪਲੇਟਵਾਲ ਚੱਲਦੇ ਹਨ ਜੀ ਟੁਰੀਨੋ ਦੇ ਵਿੱਚ ਅੱਜ ਸਵੇਰੇ ਬੰਬ ਧਮਾਕਾ ਹੋਇਆ ਇਹ ਜੋ ਧਮਾਕਾ ਦੱਸਿਆ ਜਾ ਰਿਹਾ ਹੈ ਕਿ ਸਵੇਰ ਦੇ 7:00 ਵਜੇ ਤਕਰੀਬਨ 7:30 ਵਜੇ ਦੇ ਨੇੜੇ ਤੇੜੇ ਹੋਇਆ ਤੇ ਫਟਣ ਦਾ ਕਾਰਨ ਜਿਹੜਾ ਉੱਥੇ ਧਮਾਕਾ ਹੋਣ ਦਾ ਕਾਰਨ ਉੱਥੇ ਇੱਕ ਸਿਲੰਡਰ ਸੀਗਾ ਦੱਸਿਆ ਜਾ ਰਿਹਾ ਕਿ ਸਿਲੰਡਰ ਫਟਣ ਦੇ ਨਾਲ ਧਮਾਕਾ ਹੋਇਆ 15 ਫੈਮਲੀਆਂ ਉਸ ਬਿਲਡਿੰਗ ਦੇ ਵਿੱਚ ਸਨ ਆਦੇ ਪੰਜ ਜਿਹੜੇ ਫਟੜ ਕਰਈਆਂ ਨੇ ਉਹਦੇ ਵਿੱਚ ਹੋਏ ਸਨ ਉਹਨਾਂ ਨੂੰ ਹਸਪੀਟਲ ਦੇ ਵਿੱਚ ਲੈ ਕੇ ਗਏ ਨੇ ਇੱਕ ਜਿਹੜਾ 80% ਤੱਕ ਉਹਦੇ ਜਿਹੜੇ ਸਰੀਰ ਸੌਰੀ 20% ਤੱਕ ਜਿਹੜਾ ਉਹਦਾ ਸਰੀਰ ਆ ਬਹੁਤ ਹੀ ਜ਼ਿਆਦਾ ਜਲ ਗਿਆ ਸੀ 82 ਸਾਲ ਦਾ ਬਜ਼ੁਰਗ ਸੀ ਜਿਨ੍ਹਾਂ ਦੇ ਘਰ ਦੇ ਕੋਲ ਧਮਾਕਾ ਹੋਇਆ ਤੇ ਨਾਲ ਦੇ ਬੰਦਿਆਂ ਨੂੰ ਲੈ ਕੇ ਗਏ ਨੇ ਉਹ ਐਨੇ ਫਟੜ ਨਹੀਂ ਸਨ ਇਸ ਟਾਈਮ ਵੀ ਦੱਸਿਆ ਜਾ ਰਿਹਾ ਕਿ ਜੋ ਸਿਲੰਡਰ ਦੇ ਨਾਲ ਧਮਾਕਾ ਹੋਇਆ ਸਿਲੰਡਰ ਫਟਣ ਦੇ ਨਾਲ ਨਹੀਂ ਹੋਇਆ ਉਹਦੇ ਨਾਲ ਇੱਕ ਪਾਈਪ ਸੀ ਜੋ ਕਿ ਲੀਕ ਹੋ ਰਿਹਾ ਸੀ ਲੀਕ ਹੋਣ ਦੇ ਨਾਲ ਉੱਥੇ ਫਿਰ ਧਮਾਕਾ ਹੋਇਆ ਸਾਰੀ ਬਿਲਡਿੰਗ ਸਾਰੇ ਵਾਲੇ ਦਿਵਾਲੇ ਤਕਰੀਬਨ ਬਹੁਤ ਹੀ ਇਸ ਟਾਈਮ 7ਵੇਂ ਦੇ ਵਿੱਚ ਨੇ ਕਿ ਉਹਨਾਂ ਦੇ ਨਾਲ ਇਹ ਜਿਹੜਾ ਕੀ ਪਾਣਾ ਵਰਤ ਗਿਆ ਇਟਲੀ ਦੇ ਵਿੱਚ ਲਾਸਟ ਲਿ 9 ਮਹੀਨਿਆਂ ਤੋਂ ਦੱਸਿਆ ਜਾ ਰਿਹਾ 50 ਲੱਖ ਫੈਮਲੀਆ ਨੇ ਜਿਨ੍ਹਾਂ ਨੇ ਜਰਮਾਨੇ ਜਰਮਾਨੇ ਕਹਾਂਗੇ ਅਸੀਂ ਜਿਹੜੇ ਬਿੱਲ ਆ ਨਹੀਂ ਤਾਰੇ ਇਹ ਦੱਸਿਆ ਜਾ ਰਿਹਾ ਕਿ ਇਹ ਜਿਹੜੀਆਂ 9 ਮਹੀਨਿਆਂ ਦੇ ਵਿੱਚ ਬਿੱਲ ਨਾ ਤਾਰਨ ਦਾ ਕਾਰਨ ਇਹ ਆ ਬਿੱਲਾਂ ਦੇ ਰੇਟ ਵਧੀ ਜਾ ਰਿਹਾ ਗੈਸ ਹੋਵੇ ਬਿਜਲੀ ਹੋਵੇ ਪਾਣੀ ਹੋਵੇ ਸਾਰੀਆਂ ਚੀਜ਼ਾਂ ਦਾ ਰੇਟ ਵਧਦਾ ਜਾ ਰਿਹਾ ਜਿਸ ਕਾਰਨ ਲੋਕਾਂ ਨੂੰ ਜਿਹੜੇ ਬਿੱਲ ਆ ਉਹ ਤਾਰਨ ਦੇ ਵਿੱਚ ਮੁਸ਼ਕਲ ਆ ਰਹੀ ਹੈ ਇਹ ਵੀ ਦੱਸਿਆ ਜਾ ਰਿਹਾ ਕਿ ਜਿਸ ਹਾਵ ਦੇ ਨਾਲ ਜਿਸ ਰਫਤਾਰ ਦੇ ਨਾਲ ਰੇਟ ਵਧ ਰਹੇ ਨੇ ਬਿਜਲੀ ਅਤੇ ਗੈਸ 2023 ਦੇ ਵਿੱਚ ਹਰ ਫੈਮਿਲੀ ਨੂੰ 4724 ਸਾਲ ਦਾ ਐਕਸਟਰਾ ਦੇਣਾ ਪੈਣਾ ਉਹ 4724 ਜੋ ਤਕਰੀਬਨ 5000 ਜੋ ਕਿ ਫੈਮਿਲੀ ਘਰ ਦੇ ਵਿੱਚ ਆਰਾਮ ਨਾਲ ਕਮਾ ਸਕਦੀ ਜੋੜ ਸਕਦੀ ਉਧਰ ਹੀ ਜੇ ਦੱਸਿਆ ਜਾਵੇ ਕਿ 2020 ਤੋਂ 2021 ਨੂੰ ਹਿਸਾਬ ਲਾਇਆ ਜਾਵੇ ਤਾਂ 25000 ਐਕਸਟਰਾ ਬੰਦੇ ਨੂੰ ਪੈਸੇ ਪੈਣੇ ਆ ਤੇ ਇਹ ਸਭ ਇਸ ਕਰਕੇ ਕਿਉਂਕਿ ਰਸ਼ੀਆ ਤੇ ਯੂਕਰੇਨ ਦੀ ਜਿਹੜੀ ਆ ਲੜਾਈ ਲੱਗੀ ਹੋਈ ਹੈ ਜਿਸ ਦੇ ਕਾਰਨ ਇਹ ਸਾਰੀਆਂ ਗੱਲਾਂ ਚੱਲ ਰਹੀਆਂ ਨੇ ਉਧਰ ਹੀ ਦੱਸਿਆ ਜਾ ਰਿਹਾ ਹੈ ਕਿ ਐਸ ਟਾਈਮ ਉੰਧਰੀ ਇਸ ਟਾਈਮ ਇਹ ਗੱਲਬਾਤ ਕੀਤੀ ਜਾ ਰਹੀ ਹੈ ਕਿ ਜਿਹੜੀ ਸਨਿਸ਼ਤਰਾ ਦੀ ਪਾਰਟੀ ਹੈ ਖੱਬੇ ਪਾਸੇ ਵਾਲੀ ਪਾਰਟੀ ਹੈ ਪ੍ਰਤੀਤੋ ਡੈਮੋਕਰੇਟਿਕੋ ਦੀ ਜਿਹੜੀ ਪਾਰਟੀ ਹੈ ਉਹ ਜੋਰਜਾ ਮਲੋਨੀ ਦੀ ਪਾਰਟੀ ਨੂੰ ਕਹਿ ਰਹਾ ਕਿ ਤੁਸੀਂ ਜਿਹੜੀ ਆ ਇਟਲੀ ਦੀ ਬਾਗਡੋਰ ਸੰਭਾਲਣ ਦੇ ਲਾਇਕ ਨਹੀਂ ਹੋ ਜੇਕਰ ਤੁਹਾਨੂੰ ਇਦਾਂ ਹੀ ਲੱਗਦਾ ਹੈ ਕਿ ਤੁਸੀਂ ਇਟਲੀ ਨੂੰ ਸਾਂਭ ਸਕਦੇ ਹੋ ਤਾਂ ਇਟਲੀ ਨੂੰ ਸਾਂਭਣ ਤੋਂ ਪਹਿਲਾਂ ਇਟਲੀ ਨੂੰ ਸੰਭਾਲਣ ਵਾਲੀ ਜਿਹੜੀ ਆ ਆਪਣੀ ਮੰਤਰੀ ਦਾ ਚੁਣ ਲਓ ਕਿਉਂਕਿ ਜਿਸ ਟਾਈਮ ਤੋਂ ਬਰਲਸਕੋਨੀ ਨੂੰ ਬਰਲਸਕੋਨੀ ਨੇ ਸੇ ਆਪਣਾ ਜੋਰਜਾ ਜੋਰਜਾ ਮਲੋਨੀਆ ਜਿਹੜੀ ਇਹਦੇ ਖਿਲਾਫ ਕੁਝ ਗੱਲਾਂ ਗਈਆਂ ਆਕੜਖੋਰ ਗੱਲ ਕਰਨ ਦੀ ਇਹਨੂੰ ਤਮੀਜ਼ ਨਹੀਂ ਇਹਦੇ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਉਸ ਟਾਈਮ ਤੋਂ ਬਾਅਦ ਆਲੇ-ਦੁਆਲੇ ਹਲਚਲ ਮਚ ਗਈ ਹੈ ਇਹ ਵੀ ਇਸ ਟਾਈਮ ਗੱਲ ਉੱਡ ਰਹੀ ਹੈ ਕਿ ਹੋ ਸਕਦਾ ਹੈ ਕਿ ਇਹਨਾਂ ਦੀ ਜਿਹੜੀ ਟਿਕੜੀ ਆ ਬਹੁਤ ਛੇਤੀ ਟੁੱਟ ਸਕਦੀ ਹੈ ਜੇਕਰ ਟੁੱਟ ਜਾਏ ਤੇ ਇਹ ਵੀ ਹੋ ਸਕਦਾ ਹੈ ਕਿ ਹੁਣ ਤੱਕ ਦਾ ਰਿਕਾਰਡ ਬਣ ਜਾਣਾ ਇਟਲੀ ਦੀ ਸਭ ਤੋਂ ਛੋਟੀ ਚੱਲਣ ਵਾਲੀ ਸਰਕਾਰ ਜੋ ਕਿ 100 ਤੱਕ ਵੀ ਨਹੀਂ ਪਹੁੰਚ ਸਕੀ ਪਰ ਇਸ ਟਾਈਮ ਇਦਾਂ ਦਾ ਕੋਈ ਸਿਚੁਏਸ਼ਨ ਇਹਨਾਂ ਵੱਲੋਂ ਨਹੀਂ ਹੈਗਾ ਲੜਾਈ ਜ਼ਰੂਰ ਹੋ ਰਹੀ ਹੈ ਸਾਰੇ ਪਾਸੇ ਜਾਂ ਫਿਰ ਇਹ ਜਾਣ ਬੁੱਝ ਕੇ ਦਿਖਾ ਰਹੇ ਨੇ ਕਿ ਅਸੀਂ ਹੈਗੇ ਕੋਸ਼ ਕਰਾਂਗੇ ਕੁਛ ਮਿਲੋਨੀ ਕਹਿ ਰਹੀ ਹੈ ਕਿ ਅਸੀਂ ਦੇਸ਼ ਨੂੰ ਦੇਸ਼ ਦੇ ਵਿੱਚ ਪਾਰਟੀ ਸਿਰਫ ਬਣਾਵਾਂਗੇ ਨਹੀਂ ਦੇਸ਼ ਨੂੰ 5 ਸਾਲ ਦੇ ਲਈ ਵਿਚਲਾਵਾਂਗੇ ਜਿੱਦਾਂ ਕਿ ਮੱਤੇਓ ਸਲਵਿਨੀ ਨੇ ਵੀ ਕਿਹਾ ਕਿ ਅਸੀਂ ਜਿਹੜਾ ਦੇਸ਼ ਅੱਗੇ ਲੈ ਕੇ ਜਾਣਾ ਹੈ ਨਾ ਕਿ ਉੱਥੇ ਹੀ ਰੋਕ ਲੈਣਾ ਉਧਰ ਹੀ ਅਮਰੀਕਾ ਦੇ ਰਾਸ਼ਟਰਪਤੀ ਜੋ ਵਾਇਡਨ ਜੀ ਦਾ ਇੱਕ ਨਵਾਂ ਬਿਆਨ ਆ ਰਿਹਾ ਹੈ ਕਹਿ ਰਿਹਾ ਹੈ ਕਿ ਪੁਤਿਨ ਲੜਾਈ ਕਰਨ ਦੇ ਨਾਲ ਯੂਰਪ ਨੂੰ ਵੰਡਣਾ ਚਾਹੁੰਦਾ ਹੈ ਪਰ ਯੂਰਪ ਦੇ ਕੁਝ ਦੇਸ਼ਾਂ ਦੀ ਜ਼ਿਕਰ ਗੱਲ ਕੀਤੀ ਜਾਵੇ ਇਟਲੀ, ਸਪੇਨ, ਹੰਗਰੀ ਇਹ ਤਿੰਨ ਦੇਸ਼ ਨੇ ਜਿਨ੍ਹਾਂ ਦੇ ਵਿੱਚ ਸਰਕਾਰਾਂ ਦੇਸਤਰਾ ਦੀ ਆ ਗਈਆਂ ਨੇ ਦੇਸਤਰਾ ਦੀ ਸਰਕਾਰ ਦੇਸ਼ ਭਗਤ ਦੀ ਸਰਕਾਰ ਦੇਸ਼ ਨੂੰ ਦੇਸ਼ ਪ੍ਰੇਮੀ ਸਰਕਾਰ ਜਿਹੜੇ ਦੇਸ਼ ਵਾਸੀਆਂ ਦੇ ਲਈ ਚੱਲਦੀ ਹੈ ਉਸ ਤੋਂ ਬਾਅਦ ਇਹ ਵੀ ਦੱਸਿਆ ਜਾ ਰਿਹਾ ਹੈ ਕਿ 베ਰਲਸਕੋਨੀ ਦੇ ਜਿਹੜੇ ਬੱਚੇ ਨੇ 베ਰਲਸਕੋਨੀ ਦੇ ਜਿਹੜੇ ਫੀਲੀ ਨੇ ਉਹ ਵੀ ਸਰਕਾਰ ਦੇ ਵਿੱਚ ਐਂਟਰ ਹੋਣਾ ਚਾਹੁੰਦੇ ਨੇ ਇਹ ਦੱਸਿਆ ਜਾ ਰਿਹਾ ਇਸ ਟਾਈਮ ਉਹ মিডিਆ মিডিਆ ਸੈਟ ਜਿਹੜਾ ਚੈਨਲ ਆ ਉਹਨਾਂ ਦੇ ਅੰਡਰ ਆਦਾ ਤੇ ਇਹ ਦੱਸਿਆ ਜਾ ਰਿਹਾ ਕਿ ਇਹ ਵੀ ਕੁਝ ਗੇਮ ਪਾਣਾ ਚਾਹੁੰਦੇ ਨੇ ਕਿਉਂਕਿ ਜਿਹਦੇ ਜਿਸ ਬੰਦੇ ਦੇ ਹੱਥ মিডিਆ ਹੁੰਦਾ ਉਹ ਜਿੱਦਾਂ ਦੀ ਚਾਹੇ ਉਦਾਂ ਦੀ ਖਬਰ ਲੀਕ ਕਰ ਸਕਦਾ ਇਹਦੇ ਉਸ ਤੋਂ ਬਾਅਦ ਇਹ ਵੀ ਦੱਸਿਆ ਜਾ ਰਿਹਾ ਕਿ ਇਹਨਾਂ ਦੀ ਆਪਸ ਦੇ ਵਿੱਚ ਨਹੀਂ ਬਣ ਰਹੀ ਸਰਕਾਰ ਕੀ ਚਲਾਣਗੇ ਸਲਵਿਨੀ ਦਾ ਨਵਾਂ ਬਿਆਨ ਆਇਆ ਜੀ ਸਲਵਿਨੀ ਕਹਿ ਰਿਹਾ ਜੀ ਕਿ ਤੁਸੀਂ ਸਾਨੂੰ ਘੱਟ ਨਾ ਪਰਿਓ ਜ਼ਰੂਰੀ ਨਹੀਂ ਕਿ ਹਰ ਚਮਕਦੀ ਹੋਈ ਚੀਜ਼ ਸੋਨਾ ਹੋਵੇ ਤੇ ਹਰ ਝੁਕੀ ਹੋਈ ਚੀਜ਼ ਕਮਜ਼ੋਰੀ ਹੋਵੇ ਇਸ ਕਰਕੇ ਤੁਸੀਂ ਸਾਵਧਾਨ ਰਹੋ ਜੀ ਉਧਰ ਹੀ ਜਿਹੜੇ ਪ੍ਰਤੀਤੋ ਡੈਮੋਕਰੇਟਿਕੋ ਵਾਲਿਆ ਮੈਲੋਨੀ ਨੂੰ ਕਹਿੰਦੇ ਕਹਿੰਦੇ ਵੀ ਤੁਸੀਂ ਤਾਂ ਆਪਣੀ ਸਰਕਾਰ ਨਹੀਂ ਬਣਾ ਸਕਦੇ ਮੈਲੋਨੀ ਕਹਿੰਦੀ ਹੈ ਕਿ ਤੁਸੀਂ ਸਾਡੇ ਨਾਲ ਸਵਾਲ ਕਰਨ ਤੋਂ ਬਜਾਏ ਇਟਾਲੀਅਨ ਤੋਂ ਪੁੱਛੋ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਨਹੀਂ ਪਾਈਆਂ ਸਾਨੂੰ ਵੋਟਾਂ ਪਾਈਆਂ ਅਸੀਂ ਉਹਨਾਂ ਵੋਟਾਂ ਦਾ ਜਵਾਬ ਦੇਵਾਂਗੇ ਅਸੀਂ ਇਟਲੀ ਨੂੰ ਇੱਕ ਬਿਹਤਰ ਕੰਟਰੀ ਬਣਾਵਾਂਗੇ ਜਿਹਦੇ ਵਿੱਚ ਟੈਕਸ ਘਟੂਗਾ ਲੋਕਾਂ ਨੂੰ ਬੋਨਸ ਜ਼ਿਆਦਾ ਮਿਲੂਗੇ ਦੋ ਨੰਬਰ ਦੀ ਜਿਹੜੀ ਇਮੀਗ੍ਰੇਸ਼ਨ ਆ ਰਹੀ ਹੈ ਇਸ ਨੂੰ ਬੰਦ ਕਰ ਕੀਤਾ ਜਾਊਗਾ ਫਲੈਟ ਟੈਕਸ ਲੋਕਾਂ ਨੂੰ ਰੋਜ਼ਗਾਰ ਜਿਹੜਾ ਜ਼ਿਆਦਾ ਦਿੱਤਾ ਜਾਊਗਾ ਇਹ ਜੋ ਬਿਜਲੀ ਪਾਣੀ ਗੈਸ ਜਿਹੜਾ ਸਭ ਤੋਂ ਜ਼ਿਆਦਾ ਪ੍ਰੋਬਲਮ ਹੈ ਇਸ ਨੂੰ ਘਟਾਇਆ ਜਾਊਗਾ ਜੀ ਅਤੇ ਉਸ ਤੋਂ ਬਾਅਦ ਵਿਰਲੂਸ ਗੋਨੀ ਨੂੰ ਇਸ ਟਾਈਮ ਗੁੱਸਾ ਵੀ ਆਇਆ ਇਹ ਜੋ ਵਿਰਲੂਸ ਗੋਨੀ ਨੂੰ ਗੁੱਸਾ ਆਇਆ ਇਸ ਟਾਈਮ ਇਹ ਵੀ ਗੱਲਬਾਤ ਚੱਲ ਰਹੀ ਹੈ ਕਿ ਇਹ ਸਭ ਕੁਝ ਇੱਕ ਦਿਖਾਵਾ ਹੈ ਹੋ ਸਕਦਾ ਇਦਾਂ ਦੀ ਕੋਈ ਗੱਲਬਾਤ ਹੋਈ ਨਾ ਹੋਵੇ ਜੋ ਖਬਰਾਂ ਦੇ ਵਿੱਚ ਨਿਊ ਚੱਲ ਰਹੀ ਹੈ ਕਿ ਇਹ ਵੀ ਹੋ ਸਕਦਾ ਕਿ ਸ਼ਾਇਦ ਜਿਹੜੇ ਖਬਰਾਂ ਵਾਲੇ ਨੇ ਉਹਨਾਂ ਨੂੰ ਉਸ ਪੇਪਰ ਤੇ ਜੋ ਲਿਖਿਆ ਉਹ ਪੜਨ ਦੇ ਵਿੱਚ ਭੁਲੇਖਾ ਲੱਗਾ ਹੋਵੇ ਮਿਸਟੇਕ ਹੋਈ ਹੋਵੇ ਇਹ ਸਭ ਇਸ ਲਈ ਕੀਤਾ ਜਾ ਰਿਹਾ ਹੈ ਇਹ ਸਾਰੀ ਜਿਹੜੀ ਵਿਰੋਧੀ ਪਾਰਟੀਆਂ ਉਸ ਦੀ ਚਾਲ ਹੈ ਕਿ ਇਹਨਾਂ ਤਿੰਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਤੋੜਿਆ ਜਾਵੇ ਜਿਵੇਂ ਤਰ੍ਹਾਂ ਕਿ ਸਲਵਿਨੀ ਨੂੰ ਪਹਿਲਾਂ ਮੁੱਖ ਮੰਤਰੀ ਬਣਾਉਣ ਦੀ ਗੱਲਬਾਤ ਕੀਤੀ ਜਾ ਰਹੀ ਸੀ 22 ਪ੍ਰੈਜ਼ੀਡੈਂਟ ਬਣਾਉਣ ਦੀ ਗੱਲਬਾਤ ਕੀਤੀ ਜਾ ਰਹੀ ਸੀ ਬਾਅਦ ਵਿੱਚ ਸਲਵਿਨੀ ਕਹਿੰਦਾ ਹੋਵੇ ਕਿ ਮੈਂ ਜਿਹੜਾ ਮਨਿਸਟਰੋ ਦੇ ਲਈ ਇੰਟਰਨ ਨਹੀਂ ਬਣ ਕੇ ਵੀ ਰਾਜ਼ੀ ਹਾਂ ਤੇ ਹੁਣ ਵਿਰਲੂਸ ਕੋਨੀ ਵੱਲੋਂ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਤੇ ਇਹ ਹੋ ਸਕਦਾ ਹੈ ਕਿ ਸ਼ਾਇਦ ਜਾਣ ਬੁੱਝ ਕੇ ਹੀ ਜਿਹੜੀਆਂ ਵਿਰੋਧੀ ਪਾਰਟੀਆਂ ਇਹ ਸਭ ਕਰ ਰਹੀਆਂ ਨੇ ਬਾਕੀ ਦੇਖਦੇ ਆ ਜੀ ਇਹ ਤਿੰਨਾਂ ਦੀ ਤਿਕੜੀ ਕਿੰਨਾ ਚਿਰ ਰੁਕਦੀ ਆ ਉਸ ਤੋਂ ਬਾਅਦ ਰਾਏਦੀ ਤੋਂ ਦੀ ਚਿੱਤਾ ਦੀ ਨਾਂਸਾ ਦੇ ਬਹੁਤ ਸਾਰੇ ਕੇਸ ਬਾਹਰ ਨਿਕਲ ਰਹੇ ਨੇ ਕਿ ਕਿਸੇ ਪਾਸੇ 1.5 ਕਰੋੜ ਕਿਸੇ ਪਾਸੇ 2 ਲੱਖ ਅਤੇ ਕਿਸੇ ਪਾਸੇ ਕਿੰਨਾ ਰੋਮਾ ਦੇ ਵਿੱਚ 36 ਤਰਨਿਏਰੀ ਨੂੰ ਇਸ ਟਾਈਮ ਕਾਬੂ ਕੀਤਾ ਗਿਆ ਜੀ ਕਾਬੂ ਕਰਨ ਦਾ ਕਾਰਨ ਇਹ ਆ ਜੀ ਕਿ 2020 ਤੋਂ ਲੈ ਕੇ 2022 ਤੱਕ 1.90 ਹਜ਼ਾਰ ਦਾ ਧੋਖਾ ਸਰਕਾਰ ਦੇ ਕੋਲੋਂ ਧੋਖੇ ਦੇ ਨਾਲ ਹੀ ਨੀ ਪੈਸੇ ਲਏ ਇਹ ਜਿਹੜੇ ਪੈਸੇ ਹਰ ਉਸ ਬੰਦੇ ਨੂੰ ਮਿਲਿਆ ਜਿਸ ਦੇ ਕੋਲ ਅਧਿਕਾਰ ਨਹੀਂ ਸੀਗਾ ਇਹਦੇ ਵਿੱਚ ਬਹੁਤ ਸਾਰੀਆਂ ਕੰਟਰੀਆਂ ਦੇ ਲੋਕ ਜਿਹੜੇ ਸ਼ਾਮਿਲ ਨੇ ਪਰ ਕੰਟਰੀਆਂ ਦੇ ਜਿਹੜੇ ਨਾਮ ਫਿਲਹਾਲ ਨਹੀਂ ਲੈ ਕਿੰਨਾ ਨੈਸ਼ਨਲਟੀਆਂ ਦੇ ਬੰਦੇ ਆ ਜਿਨ੍ਹਾਂ ਨੇ ਸਰਕਾਰ ਦੇ ਨਾਲ ਧੋਖਾ ਕੀਤਾ ਰੋਮਾ ਦੇ ਵਿੱਚ ਧੋਖਾ ਸੁਚੀਲੀਆ ਦੇ ਵਿੱਚ ਧੋਖਾ ਨਾਬੁਲੀ ਦੇ ਵਿੱਚ ਧੋਖਾ ਇਟਲੀ ਦੇ ਸਾਰੇ ਪਾਸੇ ਧੋਖਾ ਹੀ ਧੋਖਾ ਹੋ ਰਿਹਾ ਜਿੰਨੇ ਵੀ ਬੰਦਿਆਂ ਨੂੰ ਰਾਦੀ ਤੋਂ ਦੀ ਚਿੱਤਾ ਦੀ ਨਾਨਸਾ ਮਿਲ ਰਿਹਾ ਉਹਨਾਂ ਸਾਰਿਆਂ ਨੂੰ ਜਿਹੜੇ ਪੈਸੇ ਵਾਪਸ ਕਰਨੇ ਪਏ ਨੇ ਜੇਕਰ ਉਹਨਾਂ ਨੇ ਬਿਨਾਂ ਦੇ ਦਿੱਤੋਂ ਲਏ ਆ ਤੇ ਬਹੁਤ ਵਾਰ ਇਦਾਂ ਵੀ ਹੋ ਜਾਂਦਾ ਕਿ ਪਾਜੀ ਕੋਈ ਗੱਲ ਨਹੀਂ ਅਸੀਂ ਕਾਫੀ ਜਲ ਵਾਲਿਆਂ ਪੱਤਰੋਂ ਨਾਲ ਤੋਂ ਕੋ ਜਾਣਦੇ ਪਾਜੀ ਕੋਈ ਗੱਲ ਨਹੀਂ ਜੀ ਮੇਰਾ ਦਮੰਦਾ ਕਰ ਦੋ ਜੇ ਉਹਨੂੰ ਕਿਹਾ ਵੀ ਜਾਵੇ ਪੇ ਤੁਸੀਂ ਨਹੀਂ ਕਰ ਸਕਦੇ ਕੋਈ ਗੱਲ ਨਹੀਂ ਜੇ ਪੈਸੇ ਮਿਲ ਗਏ ਤਾਂ ਠੀਕ ਆ ਨਹੀਂ ਤਾਂ ਵਾਪਸ ਕਿਤੇ ਜਾਣਗੇ ਜਦੋਂ ਸਾਨੂੰ ਅਸੀਂ ਦਮਾਂਦਾ ਉਦਾਂ ਹੀ ਕਰ ਦੰਨੇ ਆ ਜਦੋਂ ਸਾਨੂੰ ਪਤਾ ਵੀ ਹੁੰਦਾ ਕਿ ਅਸੀਂ ਇਹ ਦਮਾਂਦਾ ਨਹੀਂ ਕਰ ਸਕਦੇ ਉਸ ਦਮਾਂਦੇ ਤੇ ਜੇਕਰ ਸਾਨੂੰ ਪੈਸੇ ਆ ਜਾਣ ਤਾਂ ਸਾਨੂੰ ਤਾਂ ਮੋੜਨੇ ਪੈਣੇ ਜਿਸ ਬੰਦੇ ਨੇ ਦਮਾਂਦਾ ਕੀਤਾ ਜਿਸ ਬੰਦੇ ਨੇ ਉਸ ਨੂੰ ਵੀ ਉਸ ਦਾ ਭੁਗਤਾਨ ਕਰਨਾ ਪੈਂਦਾ ਕਿਉਂਕਿ ਉਹਨੂੰ ਤਾਂ ਪਤਾ ਸੀਗਾ ਨਾ ਕਿ ਇਹ ਦਮਾਂਦੇ ਦੀਆਂ ਰਿਕੁਆਇਰਮੈਂਟਾਂ ਬੰਦੇ ਦੀਆਂ ਨਹੀਂ ਸਨ ਇਹ ਸਾਨੂੰ ਹੁਣ ਤੱਕ ਦੀਆਂ ਕੋਈ ਖਾਸ ਖਬਰਾਂ ਪਰ ਇੱਕ ਹੋਰ ਗੱਲ ਜੀ www.hitapunjabi.com ਤੇ ਕੁਝ ਦਿਨਾਂ ਤੱਕ ਅਸੀਂ ਇੱਕ ਨਵੀਂ ਪ੍ਰੋਸੈਸ ਸ਼ੁਰੂ ਕਰਨ ਜਾ ਰਹੇ ਹਾਂ ਬਹੁਤ ਸਾਰੇ ਆਪਣੇ ਵੀਰਾਂ ਦੀਆਂ ਕਮੈਂਟਾਂ ਆਈਆਂ ਜਿਨ੍ਹਾਂ ਦੇ ਜਵਾਬ ਦੇਣੇ ਸਾਨੂੰ ਮੁਸ਼ਕਲ ਤੇ ਹੋ ਜਾਂਦੇ ਆ ਤੇ ਹਰ ਉਹ ਜਵਾਬ ਹਰ ਉਹ ਸਵਾਲ ਜੋ ਸਾਨੂੰ ਪੁੱਛਿਆ ਜਾ ਰਿਹਾ ਸੀ ਕੋਸ਼ਿਸ਼ ਕਰਿਆ ਕਰਨਾ ਕਿ ਆਪਣੇ ਵੈਬਸਾਈਟ ਦੇ ਉੱਤੇ ਸਵਾਲਾਂ ਦੇ ਜਵਾਬ ਤੁਹਾਨੂੰ ਦੇ ਸਕੀਏ ਅਤੇ ਇਹਦੇ ਨਾਲ ਤੁਸੀਂ ਵੀ ਵੱਧ ਤੋਂ ਵੱਧ ਜਿਹੜੇ ਸਵਾਲ ਪੁੱਛ ਸਕਦੇ ਹੋ ਇਰਸਾਨ ਹੁਣ ਤੱਕ ਦੀਆਂ ਕੁਝ ਖ਼ਾਸ ਖ਼ਬਰਾਂ ਮਿਲਾਂਗੇ ਅਗਲੇ ਅਪਡੇਟ ਦੇ ਵਿੱਚ ਉਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੁਣ ਰਹੇ ਇਟਾਲੀਅਨ ਖ਼ਬਰਾਂ ਤੁਸੀਂ ਕੁਲਬੀਰ ਸਿੰਘ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ